ਸਨਾਵਾ ਸ਼ੁਰੂ ਆ ਬੁੱਕ ਕੱਢ ਕੱਟ ਆਹ ਆ ਵੀ ਸ਼ੁਰੂ ਆ ਉਸ ਨੂੰ ਹਾਂ ਇਹ ਤੁਸੀ ਟੁੱਪੀ ਕੱਢ ਬਟਿਆ ਕੋਈ ਨਾ ਹੋ ਨਾ ਕੋਈ ਨਹੀਂ ਚਲੋ ਬੋਲੋ ਇੱਧਰ ਕਿਹੜਾ ਦੇ ਹੋਣ ਹੈ ਚਾਹ ਦਾ ਹੈ ਇੱਧਰ ਭਾਗ ਜਾ ਇੱਥੇ ਚਾਹ ਚੋ ਜਾ ਅੱਛਾ ਇਹ ਇਹ ਇੱਕ ਕਥਾ ਇੱਕ ਪਤੀ ਵਰਤਾ ਇਸਤਰੀ ਦੀ ਹੈ ਜੋ ਆਪਣੇ ਪਤੀ ਦੀ ਸੇਵਾ ਕਰਦੀ ਹੈ ਤੇ ਇੱਕ ਇਹੋ ਜਿਹੀ ਇਸਤਰੀ ਹੁੰਦੀ ਹੈ ਜੋ ਆਪਣੇ ਪਤੀ ਨੂੰ ਹਮੇਸ਼ਾ ਹੀ ਗਾਲਾਂ ਕੱਢਦੀ ਹੈ ਗਾਲਾਂ ਕੱਢਦੀ ਆ ਦੋ ਪ੍ਰਕਾਰ ਦੀਆਂ ਦੋ ਪ੍ਰਕਾਰ ਦੀਆਂ ਇਸਤਰੀਆਂ ਨਿਗੀਆਂ ਤੇ ਇੱਕ ਇਸਤਰੀ ਸੀ ਉਸ ਦੇ ਕੋਲ ਇੱਕ ਗਵੰਡਣ ਜਾਂਦੀ ਹੈ ਉਸ ਸਮੇਂ ਉਹ ਆਪਣੇ ਉਖਲੀ ਦੇ ਵਿੱਚ ਬੱਕਲੀਆਂ ਘੁੱਟਦੀ ਹੁੰਦੀ ਆ ਮੂਲੇ ਨਾਲ ਉਸ ਦਾ ਪਤੀ ਬਾਹਰੋਂ ਆਉਂਦਾ ਉਹ ਪਤੀ ਵਰਤਾ ਇਸਤਰੀ ਹੁੰਦੀ ਹੈਗੀ ਤਾਂ ਉਹ ਕਹਿੰਦਾ ਵੀ ਮੈਨੂੰ ਪਾਣੀ ਲਿਆ ਪਤੀ ਵਰਤਾ ਇਸਤਰੀ ਜਿਹੜੀ ਭੱਜ ਕੇ ਮੂਲਾ ਜਿੱਥੇ ਖੜਾ ਹੁੰਦਾ ਉੱਥੇ ਖੜਾ ਆ ਕੇ ਤੇ ਚਲੀ ਜਾਂਦੀ ਹੈਗੀ ਤੇ ਮੂਲਾ ਖੜ ਜਾਂਦਾ ਵਿਚਾਲੇ ਤਾਂ ਉਹ ਜਿਹੜੀ ਗਵੰਡਣ ਹੈ ਉਹ ਦੇਖਦੀ ਰਹਿੰਦੀ ਆ ਉਸ ਨੂੰ ਪਾਣੀ ਫੜਾ ਕੇ ਆਉਂਦੀ ਆ ਪਾਣੀ ਫੜਾਉਣ ਤੋਂ ਬਾਅਦ ਉਹਦੇ ਵੱਧ ਆਉਂਦੇ ਨੇਗੇ ਵੱਦਾਂ ਦੇ ਗਾਲਾਂ ਦੇ ਵਿੱਚ ਉਹ ਰੱਸੇ ਪਾਉਂਦੀ ਐ ਆਪਣੇ ਪਤੀ ਨੂੰ ਮੰਜਾ ਡਾਉਂਦੀ ਐ ਮੂੜਾ ਉਸੇ ਤਰ੍ਹਾਂ ਹੀ ਖੜਾ ਰਹਿੰਦਾ ਹੈ ਜਿਹੜੀ ਦੂਸਰੀ ਔਸਤਰੀ ਹੁੰਦੀ ਐ ਆਪਣੇ ਪਤੀ ਨੂੰ ਗਾਲਾਂ ਕੱਢਣ ਵਾਲੀ ਉਹ ਦੇਖਦੀ ਰਹਿੰਦੀ ਐ ਕਹ ਕਹਿੰਦੀ ਐ ਕਿ ਵੀ ਆਹ ਕੀ ਤੇਰਾ ਮੂੜਾ 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 ਇਸ ਤਰ੍ਹਾਂ ਕਿਉਂ ਖੜਾ ਹੈਗਾ ਉਹ ਕਹਿੰਦੀ ਭੜੀ ਮੈਨੂੰ ਤਾਂ ਪਤਾ ਨਹੀਂ ਕਿਉਂ ਖੜਾ ਹੈਗਾ ਮੈਨੂੰ ਨਹੀਂ ਪਤਾ ਹੈਗਾ ਤੇ ਉਹ ਆ ਕੇ ਮੂੜੇ ਨੂੰ ਫੜਦੀ ਐ ਤੇ ਉਸੇ ਤਰ੍ਹਾਂ ਬੱਕਲੀਆਂ ਕੁੱਟਣੀਆਂ ਫੇਰ ਸ਼ੁਰੂ ਕਰ ਦਿੰਦੀ ਆ ਉਹ ਕਹਿੰਦੀ ਭਾਣੀ ਕਾਰਨ ਕੀ ਹੈ ਤੇਰਾ ਮੂੜਾ ਕਿਵੇਂ ਖੜ ਗਿਆ ਉਹ ਕਹਿੰਦੀ ਵੀ ਭਾਣੀ ਮੈਨੂੰ ਤਾਂ ਨਹੀਂ ਪਤਾ ਹੈਗਾ ਵੀ ਮੈਂ ਤਾਂ ਅੱਜ ਤੱਕ ਆਪਦੇ ਪਤੀ ਨੂੰ ਕਿਤੇ ਮਾੜਾ ਸ਼ਬਦ ਨਹੀਂ ਬੋਲੀ ਹੈਗੀ ਕੋਈ ਵਾਸ ਜਿਵੇਂ ਕਹੇ ਮੈਂ ਤਾਂ ਹਾਂ ਉਹ ਮੈਂ ਜਿਵੇਂ ਹਾਂ ਕਹਿ ਦਿੰਨੀ ਆ ਕਹਿੰਦੀ ਚੰਗਾ ਹੁਣ ਜਿਹੜੀ ਗਾਲਾਂ ਕੱਢਦੀ ਹੁੰਦੀ ਹੈ ਉਹ ਵੀ ਸੋਚਦੀ ਆ ਵੀ ਮੈਂ ਦੂਜੇ ਦਿਨ ਮੂੜਾ ਖੜਾਵਾ ਕੀ ਕਰਾਂ ਹੂੰ ਹੂੰ ਤਾਂ ਉਹ ਭੱਜ ਕੇ ਉਹ ਪੁੱਛਦੀ ਆ ਕੰਦੀ ਪਣੀ ਮੈਂ ਕੀ ਕਰਾਂ ਉਹ ਕਹਿੰਦੀ ਤੂੰ ਬੱਕਲੀਆਂ ਵੀ ਮੈਂ ਬੱਕਲੀਆਂ ਪਾਲਾਂ ਇਹਦੇ ਵਿੱਚ ਖੁਰੀਚ ਕਹਿੰਦੀ ਪਾਲੀ ਕੋਈ ਨਾ ਪਾਲੀ ਭਾਈ ਤੇ ਪਾ ਕੇ ਕਹਿੰਦੀ ਮੈਂ ਤਾਂ ਮੂਲਾ ਖਣਾਉਣਾ ਹੈ ਕਹਿੰਦੀ ਚੰਗਾ ਉਹ ਜਦੋਂ ਆਪਦੇ ਪਤੀ ਨੂੰ ਗਾਲਾਂ ਕੱਢੀ ਜਾਂਦੀ ਹੁੰਦੀ ਹੈ ਉੱਥੋਂ ਸ਼ੁਰੂ ਕਰਾਂ ਹਾਂ ਉਹ ਕਹਿਣ ਲੱਗੀ ਭਾਣੇ ਮੈਂ ਤਾਂ ਆਪਦੇ ਪਤੀ ਦੀ ਸੇਵਾ ਕਰਦੀ ਹਾਂ ਹੋਰ ਤਾਂ ਮੈਂ ਕੁਝ ਨਹੀਂ ਕਰਦੀ ਕਹਿੰਦੀ ਠੀਕ ਐ ਕਹਿੰਦੀ ਮੈਂ ਉਹਦਾ ਵਾਚਨ ਮੰਨਦੀ ਆ ਕਹਿੰਦੀ ਠੀਕ ਐ ਉਹ ਗਾਲਾਂ ਕੱਢਣ ਵਾਲੀ ਉਹ ਕਹਿਣ ਲੱਗੀ ਲੈ ਆਪਣੀ ਗਵਾਂਢਣ ਐ ਨਾ ਜਿਹੜੀਆਂ ਮੂਲਾ ਖੜਾ ਦਿੰਦੀ ਆ ਤੇ ਕੱਲ ਨੂੰ ਮੈਂ ਵੀ ਖੜਾਉਣਾ ਉਹ ਕਹਿੰਦਾ ਖੜਾ ਤੂੰ ਕਿਵੇਂ ਖੜਾ ਦੇਂਗੀ ਕਹਿੰਦੀ ਮੈਂ ਖੜਾਉਂਗੀ ਕਹਿੰਦੀ ਜਦ ਤੂੰ ਬਾਹਰੋਂ ਆਇਆ ਨਾ ਤੂੰ ਮੈਨੂੰ ਕਹੀਂ ਪਾਣੀ ਲਿਆ ਮੈਂ ਉਹ ਬੱਕਲੀਆਂ ਗੁੱਟਣ ਤੇ ਨਹੀਂ ਆਉਂਦੇ ਨੂੰ ਉਹ ਕਹਿੰਦਾ ਠੀਕ ਹਾਂ ਕਹਿੰਦਾ ਚੰਗਾ ਭਈ ਉਹ ਜਦੋਂ ਬਾਹਰੋਂ ਆਇਆ ਤੇ ਉਹ ਖਲੀ ਚ ਬੱਕਲੀਆਂ ਪਾ ਕੇ ਦੇਖ ਕੇ ਬੈਠ ਗਈ ਵੀ ਬੱਕਲੀਆਂ ਕੁੱਟਾਂ ਮੈਂ ਉਹ ਦੋ ਤਿੰਨ ਮੂਲੇ ਮਾਰੇ ਬੱਕਲੀਆਂ ਦੇ ਉੱਤੇ ਤੇ ਇੰਨੇ ਨੂੰ ਉਹ ਆ ਗਿਆ ਉਹ ਇੱਥੇ ਖੜਾ ਕੇ ਤੇ ਕਹਿੰਦੀ ਭੱਜ ਕੇ ਪਾਣੀ ਲੈਣ ਗਈ ਚੱਲੋ ਪਾਣੀ ਉਹ ਮੂੜਾ ਥੱਲੇ ਡਿੱਗ ਪਿਆ ਉਹ ਖੜਿਆ ਨਹੀਂ ਹੈਗਾ ਤੇ ਜਦੋਂ ਉਹ ਗਈ ਆਪਦੇ ਘਰ ਵਾਲੇ ਨੂੰ ਕਹਿੰਦੀ ਲਓ ਪਾਣੀ ਜੀ ਬਾਦਾਂ ਦੇ ਰੱਸਾ ਪਾਈ ਉਹ ਕਹਿੰਦਾ ਨਹੀਂ ਅੱਜ ਤੈਨੂੰ ਕੀ ਨੇ ਮੱਤ ਦੇਤੀ ਇਹ ਜੀ ਤੂੰ ਤਾਂ ਕਿਤੇ ਮੈਨੂੰ ਗਾਲਾਂ ਕੱਢਦੀ ਸੀਗੀ ਤੇ ਅੱਜ ਤੂੰ ਮੈਨੂੰ ਪਾਣੀ ਲੈ ਕੇ ਆਈਆਂ ਉਹ ਕਹਿੰਦੇ ਨਾ ਜੀ ਹੁਣ ਤਾਂ ਮੈਂ ਤੇਰੀ ਸੇਵਾ ਕਰਿਆ ਕਰੂੰ ਕਹਿੰਦਾ ਚੰਗਾ ਕਹਿੰਦਾ ਦੂਜੇ ਦਿਨ ਜਦੋਂ ਆਏ ਕਹਿੰਦੇ ਚੰਗੇ ਚੰਗੇ ਭੋਜਨ ਪਕਾਏ ਪਾਈ ਉਹਨੇ ਵਧੀਆ ਖੀਰ ਕੀਤੀ ਪੂੜੇ ਕੀਤੇ ਸਬਜ਼ੀ ਬਣਾਈ ਤੇ ਆਉਂਦੇ ਨੂੰ ਮੰਜਾ ਵਿਛਾ ਕੇ ਰੱਖਤਾ ਪਾਣੀ ਦਿੱਤਾ ਰੱਖਿਆ ਬਾਲਟੀ ਚ ਵੀ ਪਈ ਤੂੰ ਨਹਾ ਲੈ ਆਉਂਦੀ ਨਾ ਲਿਆ ਉਹ ਨਾ ਕੇ ਕਹ ਲੱਗ ਗਿਆ ਨੇ ਹੁਣ ਤਾਂ ਤੈਨੂੰ ਕੋਈ ਵਾੜੀ ਵਧੀਆ ਮਤ ਦੇਣ ਲੱਗ ਗਿਆ ਉਹ ਕਹਿੰਦੀ ਮੈਂ ਤਾਂ ਕਹਿੰਨੀ ਹੁਣ ਪਤੀ ਵਰਤਾ ਬਣਨਾ ਹੈ ਅੱਜ ਤੱਕ ਤਾਂ ਮੈਂ ਪਤੀ ਦੀ ਸੇਵਾ ਨਹੀਂ ਕੀਤੀ ਹੁਣ ਮੈਂ ਪਤੀ ਵਰਤਾ ਬਣੂਗੀ ਕਹਿੰਦੀ ਤੂੰ ਮੇਰੇ ਕੋਲੇ ਆ ਜਾ ਤੇ ਮੈਂ ਹੁਣ ਕੁੱਟਦੀਆਂ ਬੱਕਲੀਆਂ ਤੇ ਤੂੰ ਉਹ ਖਾ ਖੂ ਕੇ ਤੇ ਭਈ ਉਹ ਤਾਂ ਸੌ ਗਿਆ ਉਹ ਕਹਿੰਦਾ ਕਿ ਤੂੰ ਐ ਕਰ ਉਹਨੂੰ ਠਾਉਣ ਲੱਗੀ ਉਠ 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 ਕਹਿੰਦੀ ਤੂੰ ਮੈਨੂੰ ਪਾਣੀ ਮੰਗ ਉਹ ਕਹਿੰਦਾ ਕੋਈ ਨਾ ਮੈਂ ਪਾਣੀ ਮੰਗਦਾ ਦਿੱਥੋਂ ਤੇ ਕਹਿੰਦੀ ਨਹੀਂ ਤੂੰ ਮੇਰੇ ਕੋਲੇ ਹੀ ਆ ਜਾ ਕਹਿੰਦਾ ਠੀਕ ਆ ਜਦੋਂ ਉਹ ਆਏ ਕਰਕੇ ਭਾਈ ਮੂਲਾ ਉਹਨੇ ਛੱਡਿਆ ਤੇ ਮੂਲਾ ਤਾਂ ਉਹਦੇ ਪੜੱਕ ਦੇਣੇ ਇੱਥੇ ਵੱਜਿਆ ਤੇ ਲਹੂ ਦੀ ਪਵੇ ਤੀ ਪਤੀ ਵਰਤਾ ਪਤੀ ਵਰਤਾ ਔਰਤ ਕੋਲੇ ਭੱਜੀ ਭੱਜੀ ਗਈ ਕਹਿਣ ਲੱਗੀ ਭੈਣੇ ਮੈਂ ਤਾਂ ਤੇਰੇ ਕਹਿ ਤੋਂ ਆਪਦਾ ਸਿਰ ਵੀ ਪੜਵਾ ਲਿਆ ਤੇ ਮੇਰੇ ਪਤੀ ਨੇ ਤਾਂ ਕਹਿੰਦੀ ਹੁਣ ਮੇਰੇ ਪੱਟੀ ਵੀ ਨਹੀਂ ਕਰਾਉਣੀ ਹੈਗੀ ਉਹ ਕਹਿੰਦੀ ਭੈਣੇ ਆਏ ਨਹੀਂ ਹੋ ਹੁੰਦਾ ਹੈਗਾ ਪਹਿਲਾਂ ਤਾਂ ਤੂੰ ਉਹਨੂੰ ਗਾਲਾਂ ਕੱਢਦੀ ਸੀ ਸਾਰਾ ਦਿਨ ਆਏ ਥੋੜਾ ਹੀ ਹੁੰਦਾ ਹੈ ਤੂੰ ਤਾਂ ਸਾਰਾ ਦਿਨ ਉਹਦੀ ਸੇਵਾ ਚ ਲੱਗੀ ਰਿਹਾ ਕਰ ਫੇਰ ਕਿਤੇ ਮਹੀਨੇ ਦੋ ਮਹੀਨਿਆਂ ਬਾਅਦ ਤੂੰ ਤੇਜਰਬਾ ਕਰਦੀ ਫੇਰ ਤੈਨੂੰ ਹੋਣਾ ਸੀਗਾ ਤਜਰਬਾ ਐਡੀ ਸੇ ਤੇ ਤੈਨੂੰ ਕਿੱਥੋਂ ਤਜਰਬਾ ਹੋ ਜੇ ਤੇ ਇਸ ਤਰ੍ਹਾਂ ਜਿਹੜੀਆਂ ਜਨਾਨੀਆਂ ਨੇ ਭਾਈ ਉਹ ਦੇਖ ਦੇਖੀ ਪਤੀ ਵਰਤਾ ਬਣਨਾ ਚਾਹੁੰਦੀਆਂ ਨੇ ਪਰ ਬਣਿਆ ਜਾਂਦਾ ਨਹੀਂ ਹੈਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ